ਮੈਂ ਸਭ ਤੋਂ ਪਹਿਲੇ ਆ ਜਿਹੜਾ ਘੁਟਾਲਾ ਹੋਇਆ ਅਸੀਂ ਅਕਾਲੀ ਦਲ ਨੇ ਦੱਸਿਆ ਸੀ, ਸਭ ਤੋਂ ਵੱਧ ਵੱਡਾ ਘੁਟਾਲਾ ਜੇ ਸ਼ਰਾਬ ਦਾ ਕੀਤਾ ਦਿੱਲੀ ਹੋਇਆ, ਕੇਜਰੀਵਾਲ ਨੇ ਆਪ ਕੀਤਾ, ਤੇ ਉਹਦੇ ਬਾਅਦ ਜਿਹੜਾ ਘੁਟਾਲਾ ਹੋਇਆ ਉਹ ਪੰਜਾਬ ਚ ਕੀਤਾ ਉਹਨਾਂ ਨੇ। ਕੋਈ ਚੀਜ਼ ਮੀਟਿੰਗਾਂ ਕੇਜਰੀਵਾਲ ਦੇ ਦਫ਼ਤਰ ਚ ਹੁੰਦੀਆਂ ਸੀ, ਪੰਜਾਬ ਦੇ ਘੁਟਾਲੇ ਦੀ ਮੀਟਿੰਗ ਹੋਈ, ਮੈਂ ਦਿਨ ਵੀ ਦੱਸਿਆ ਸੀ, ਡੇਟ ਵੀ ਦੱਸੀ ਸੀ, ਕਿਹੜੇ ਕਿਹੜੇ ਬੰਦੇ ਉੱਥੇ ਦੱਸੇ ਸੀ। ਪਰ ਮੈਂ ਹੈਰਾਨ ਹੈ ਕਿ ਦਿੱਲੀ ਤਾਂ ਕੇਜਰੀਵਾਲ ਫੜ ਲਿਆ ਤੇ ਭਗਵੰਤ ਮਾਨ ਕਿਉਂ ਨੀ ਫੜਿਆ ਜਾ ਰਿਹਾ? ਕਿਤੇ ਕੋਈ ਫਿਕਸ ਮੈਚ ਤਾਂ ਨੀ? ਭਗਵੰਤ ਮਾਨ ਨੂੰ ਤੇ ਐਕਸਾਈਜ਼ ਮਿਨਿਸਟਰ ਇੱਥੇ ਫੜਨਾ ਚਾਹੀਦਾ ਇਮੀਡੀਏਟਲੀ, ਕਿਉਂਕਿ ਦਿੱਲੀ ਤੋਂ ਵੱਡਾ ਘੁਟਾਲਾ ਪੰਜਾਬ ਚ ਹੋਇਆ, ਭਗਵੰਤ ਮਾਨ ਸਰਕਾਰ ਨੇ ਕੀਤਾ। ਇੱਕ ਹੋਰ ਦੁਖਦ ਖਬਰ ਸਾਹਮਣੇ ਆ ਰਹੀ ਹੈ ਵੀ ਸੀਐਮ ਸਾਹਿਬ ਦੇ ਖੁਦ ਦੇ ਸ਼ਹਿਰ ਸੰਗਰੂਰ ਦੇ ਵਿੱਚ ਸ਼ਰਾਬ ਪੀ ਕੇ ਮੌਤਾਂ ਦੀ ਗਿਣਤੀ 20 ਹੋ ਗਈ। ਮੈਂ ਉਹੀ ਕਹਿ ਰਿਹਾ, ਬੜੀ ਦੁੱਖ ਦੀ ਘਟਨਾ ਹੈ। ਦੇਖੋ ਮੁੱਖ ਮੰਤਰੀ ਦੇ ਆਪਣਾ ਹਲਕਾ ਹੈ, ਮੁੱਖ ਮੰਤਰੀ ਨੂੰ ਕੋਈ ਫਿਕਰ ਹੀ ਨਹੀਂ, ਪਰਵਾਹ ਹੀ ਨਹੀਂ ਹੈ। ਤੇ ਜਿਹੜੇ 21 ਲੋਕਾਂ ਦੀ ਸ਼ਹਾਦਤ, ਜੁੰਮਵਾਰ ਤਾਂ ਸਰਕਾਰ ਹੈ, ਇਹਨਾਂ ਦੀ ਨਲੈਕੀ ਹੈ ਸਹੀ ਮਿੰਟ ਤੇ? ਅੱਜ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ। ਮੈਂ ਆਪਾਂ ਸੋਚ ਹੀ ਨਹੀਂ ਸਕਦਾ ਕੋਈ ਪੰਜਾਬੀ ਕਿ ਸਾਡਾ ਮੁੱਖ ਮੰਤਰੀ ਹੈ ਕੋਈ। ਭਗਵੰਤ ਮਾਨ ਤਾਂ ਕਹਿਣ ਦੇ ਲਾਇਕ ਹੀ ਨਹੀਂ ਹੈ, ਉਹਨੂੰ ਕੋਈ ਫਿਕਰ ਹੀ ਨਹੀਂ ਹੈ। ਦੇਖੋ ਅੱਜ ਸ਼ਹੀਦਾਂ ਨੂੰ ਆਪਣੇ ਯਾਦ ਕਰਨ ਦਾ ਦਿਨ ਹੈ, ਉਹ ਕੇਜਰੀਵਾਲ ਨੂੰ ਯਾਦ ਕਰਨ ਵਾਸਤੇ ਦਿੱਲੀ ਬੈਠਾ। ਆਹ ਤਾਂ ਫਰਕ ਹੈ, ਇਹਨਾਂ ਦੀ ਸੋਚ ਦਾ ਫਰਕ ਹੈ ਨਾ। ਉਹਨਾਂ ਨੇ ਵੋਟਾਂ ਲਿੱਤੀਆਂ ਸ਼ਹੀਦਾਂ ਦੇ ਨਾਂ ਤੇ, ਉਹਨਾਂ ਨੇ ਵੋਟਾਂ ਲਿੱਤੀਆਂ, ਪਰ ਸਭ ਤੋਂ ਵੱਧ ਅਪਮਾਨ ਜੇ ਸ਼ਹੀਦਾਂ ਦਾ ਕੀਤਾ ਆਮ ਆਦਮੀ ਪਾਰਟੀ ਨੇ। ਤੁਸੀਂ ਐਕਸਾਈਜ਼ ਰੈਵਨਿਊ 30% ਦਾ ਮਤਲਬ ਨੀ ਇੰਨੇ ਬੰਦੇ ਮਾਰ ਦਿਓ? ਨਹੀਂ ਨਹੀਂ, ਮੈਂ ਐਕਸਾਈਜ਼ ਪਾਲਿਸੀ ਦੇ ਕੁਐਸਚਨ ਕੀਤਾ, ਮਰਨ ਤੇ ਤੁਸੀਂ ਗਲਤ ਕਹਿਤਾ ਉਹਦੇ ਬਾਰੇ। ਤੁਸੀਂ ਐਕਸਾਈਜ਼ ਤੇ ਉਹਨਾਂ ਦੀ ਪਾਲਿਸੀ ਤੇ ਕਿਹਾ ਕਿ 30% ਸਾਡਾ ਰੈਵਨਿਊ ਪਿਛਲੀਆਂ ਸਰਕਾਰਾਂ ਨਾਲੋਂ ਵਧਿਆ। ਕਿਹਨੇ ਕਿਹਾ? ਉਹਨਾਂ ਦੇ ਸਪੋਕਸਮੈਨ ਕਹਿ ਕੇ ਗਏ ਨੇ ਹੁਣੇ। ਤੁਸੀਂ 30% ਨਹੀਂ ਵਧਿਆ, ਤੁਸੀਂ ਉਹਦੀ ਕੈਲਕੂਲੇਟ 30% 3 ਸਾਲਾਂ ਚ ਐਵਰੇਜ ਉਹਦੀ 10% ਹੀ ਆਈ ਹੈ।